ਰਾਸ਼ਟਰ ਇੱਕ ਅਜਿਹਾ ਤੱਤ ਹੈ ਜੋ ਹਰ ਦੇਸ਼ ਵਿੱਚ ਰਹਿਣ ਵਾਲੇ ਲੋਕਾਂ ਦੀ ਆਤਮਾ ਵਿੱਚ ਵਸਦਾ ਹੈ। ਉਹਨਾਂ ਦੇ ਅੰਤੇਕਰਨ ਵਿੱਚ ਰਾਸ਼ਟਰ ਦੇ ਨਾਂ ਦਾ ਵਿਚਾਰ ਪਲਦਾ ਹੈ। ઋਸ਼ੀਆਂ ਨੇ ਸੁੱਖ ਦੇ ਅਸਲੀ ਸਰੂਪ ਨੂੰ ਜਾਣਿਆ ਸੀ। ਉਹਨਾਂ ਨੇ ਆਪਣੇ ਜੀਵਨ ਦੇ ਅਸਲੀ ਸੁੱਖ ਅਤੇ ਆਤਮਕ ਕਲਿਆਣ ਦਾ ਮਾਰਗ ਰਾਸ਼ਟਰ ਅਤੇ ਸਮਾਜ ਦੀ ਸੇਵਾ ਵਿੱਚ ਹੀ ਪਾਇਆ ਸੀ। ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰੀਆ, ਪੁਸਤਕ ਦਾ ਨਾਮ ਰਾਸ਼ਟਰ ਦੇਵ ਦੇ ਚਰਣਾ ਵਿੱਚ। ਪੁਸਤਕ ਦੀ ਜਾਣਕਾਰੀ ਰਾਸ਼ਟਰ ਸਿਰਫ ਭੂਮੀ ਦਾ ਇੱਕ ਟੁਕੜਾ ਨਹੀਂ ਸਗੋ ਤ્યાਗ ਅਤੇ ਬਲੀਦਾਨ ਦੀ ਮੂਰਤੀ ਪੂਜਕ ਭਾਵਨਾ ਹੈ ਮਾਤ ਭੂਮੀ ਨੂੰ ਜਨਨੀ ਮੰਨਿਆ ਜਾਂਦਾ ਜੋ ਸਵਰਗ ਨਾਲੋਂ શ્રેષ્ઠ ਹੈ ਰਾਸ਼ਟਰ ਦੇ ਹਿੱਤ ਵਿੱਚ ਆਤਮ ਬਲੀਦਾਨ ਦੀ ਭਾਵਨਾ ਬਹੁਤ ਉੱਚ ਹੈ ਮਨੁੱਖ ਦੇ ਪਰਿਵਾਰ ਤੋਂ ਸ਼ੁਰੂ ਹੋ ਕੇ ਸਮਾਜ ਦੀ ਭਲਾਈ ਅਤੇ ਫਿਰ ਰਾਸ਼ਟਰ ਲਈ ਆਤਮ ਬਲੀਦਾਨ ਦੀ ਭਾਵਨਾ ਨੂੰ ਜਗਾਉਣਾ ਹੀ ਰਾਸ਼ਟਰ ਦੀ ਆਰਾਧਨਾ ਹੈ ਭਾਰਤ ਮਾਤਾ ਤੇ ਪ੍ਰਤਖ ਜਾਂ ਪਰੋਖ ਤੌਰ ਤੇ ਹਮਲਾ ਹਰ ਪੁੱਤਰ ਲਈ ਚੁਣੌਤੀ ਹੈ ਅਤੇ ਆਤਮ ਬલિદાન ਦੇ ਕੇ ਵੀ ਉਸ ਦੀ ਰੱਖਿਆ ਕਰਨਾ ਹੀ ਸਭ ਤੋਂ ਵੱਡਾ ਧਰਮ ਹੈ। ਰਾਸ਼ਟ ਧਰਮ ਵਿੱਚ ਧਨ ਤੋਂ ਔਲਤ ਦੇ ਨਾਲ-ਨਾਲ ਜਨ ਸ਼ਕਤੀ ਦੀ ਵੀ ਬਲੀ ਦਿੱਤੀ ਜਾਂਦੀ ਹੈ। ਸੰਤ ਸਮਾਜ ਨੂੰ ਰਾਸ਼ਟ ਦੀ ਜਾਗਰਤੀ ਲਈ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਉਹ ਦੇਸ਼ ਸਮੇਂ ਅਤੇ ਹਾਲਾਤਾਂ ਅਨੁਸਾਰ ਧਰਮ ਦੇ ਹੁਕਮਾਂ ਨੂੰ ਸੋਧ ਕੇ ਸਮਾਜ ਨੂੰ ਨਵੀਂ ਮਹੱਤਵਪੂਰਨ ਅਤੇ ਸਦੀਵੀ ਰੋਸ਼ਨੀ ਦੇ ਸਕਦੇ ਹਨ। ਅੱਜ ਗ੍ਰਹਿਸਥ ਸਾਧੂਆਂ ਦੀ ਬਹੁਤ ਲੋੜ ਹੈ। ਬੁੱਧੀਜੀਵੀ ਰਾਸ਼ਟਰ ਦੇ ਨਿਰਮਾਤਾ ਹੁੰਦੇ ਹਨ। ਉਹੀ ਹੁੰਦੇ ਹਨ ਜੋ ਸਮਾਜ ਨੂੰ ਇਨਕਲਾਬ ਦਾ ਸੂਤਰ ਦਿੰਦੇ ਹਨ। ਯੁੱਗਮਨੀਸ਼ਾ ਜਿੱਥੇ ਮੁੜਦੀ ਹੈ, ਸਮਾਜ ਵੀ ਉੱਥੇ ਹੀ ਮੁੜਦਾ ਹੈ। ਵਿਅਕਤੀਗਤ ਚਰਿੱਤਰ ਦਾ ਰਾਸ਼ਟ ਤੱਤ ਤੇ ਬਹੁਤ ਪ੍ਰਭਾਵ ਹੁੰਦਾ ਹੈ। ਮੌਜੂਦਾ ਪੁਸਤਕ ਰਾਸ਼ਟਰ ਨਿਰਮਾਣ ਦੇ ਸਾਰੇ ਬਿੰਦੂਆਂ ਨੂੰ ਸਪਸ਼ਟ ਕਰਦੀ ਹੈ। पुस्तक ਦੇ ਕੁਝ ਜੰਝ ਜਿੰਨਾ ਕੰਮ ਨਾਲ ਯੁਗ ਦਾ ਧਰਮ ਕਾਇਮ ਰਹਿੰਦਾ ਹੈ ਦੇਸ਼ ਅਗਾ ਵਧੂ ਬੰਦਾ ਹੈ ਸਮਾਜ ਵਿੱਚ ਏਕਤਾ ਆਬਰੀ ਸਨੇਹ ਅਤੇ ਪਿਆਰ ਦੀ ਨੀ ਬੁਲੰਦ ਹੁੰਦੀ ਹੈ ਉਹਨਾਂ ਸਾਰਿਆਂ ਨੂੰ ਰਾਸ਼ਟ ਦਾ ਧਰਮ ਮੰਨਿਆ ਗਿਆ ਹੈ ਆਤਮ ਬਲੀਦਾਨ ਦੀ ਭਾਵਨਾ ਮਨੁੱਖ ਜਾਤੀ ਦੀ ਨੈਤਿਕ ਤਰੱਕੀ ਦਾ ਫੁੱਲ ਰੂਪ ਹੈ ਜੋ ਕਿ ਸਵਾਰਥੀ ਪਸ਼ੂਪਾਵ ਤੋਂ ਨਿਰਸਵਾਰਥ ਦੇ ਭਾਵ ਦੀ ਭਾਵਨਾ ਵੱਲ ਵੱਧਦੀ ਹੈ ਲੋਕਾਂ ਦੀਆਂ ਚੰਗੀਆਂ ਪ੍ਰਵਿੱਧੀਆਂ ਪ੍ਰਵਿੱਧੀਆਂ ਨੂੰ ਅੱਗੇ ਵਧਾਉਣਾ ਆਪਣਾ ਧਰਮ ਸਮਝੋ ਸਾਧੂ ਸਮਾਜ ਦਾ ਦਰਪਣ ਹੈ ਸਾਧੂ ਕੋਈ ਵੇਸ਼-ਭੂਸ਼ਾ ਨਹੀਂ ਹੈ ਪਰ ਇੱਕ ਬ੍ਰਿਤੀ ਹੈ ਵਿਚਾਰ ਦੀ ਸ਼ਕਤੀ ਚਿੰਤਨ ਦੀ ਸ਼ਕਤੀ ਅਤੇ ਭਾਵਨਾ ਦੀ ਸ਼ਕਤੀ ਈਸ਼ਵਰ ਦੁਆਰਾ ਦਿੱਤੇ ਗਏ ਉੱਤਮ ਗੁਣ ਹਨ ਪੁਸਤਕ ਦੇ ਕੁਝ ਬਿੰਦੂ ਮਾਤ ਭੂਮੀ ਪੁੰਨ ਦੀ ਧਰਤੀ ਦੇਵਾ ਦੀ ਦੇਵ ਰਾਸ਼ਟ੍ਰ ਦੇਵ ਰਾਸ਼ਟ੍ਰ ਦੇਵ ਹਿੱਤ ਲਈ ਇੱਕ ਮਹਾਮਾਨਵ ਜੀਵਨ ਸੰਤ ਸਮਾਜ ਰਾਸ਼ਟਰ ਦੇ ਲਈ ਅੱਗੇ ਵਧੇ ਬੁੱਧੀਜੀਵੀ ਰਾਸ਼ਟਰਵਾਦੀ ਨਿਰਮਾਤਾ